ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਤੇ ਸ਼ੁਰੂ ਕਰਦੇ ਹਾਂ ਤੇਜ਼ ਰਫ਼ਤਾਰ ਖਬਰਾਂ ਦਾ ਸਿਲਸਿਲਾ ਸ਼ਾਰਟ ਐਂਡ ਸ਼ਾਰਪ। ਪੰਜਾਬ ਦੇ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੀਆਂ ਬਿਜਲੀ ਬਾਰੇ ਉਪਲਬਧੀਆਂ ਦੀ ਜਾਣਕਾਰੀ ਦਿੱਤੀ। ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਪਲਸ ਹੋਣ ਦਾ ਦਾਅਵਾ ਫਿਰ ਤੋਂ ਦੁਹਰਾਇਆ। ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਬਿਜਲੀ ਦੇ ਘਾਟਿਆਂ ਨੂੰ ਉਹਨਾਂ ਦੀ ਸਰਕਾਰ ਵੱਲੋਂ ਘੱਟ ਕੀਤਾ ਗਿਆ ਤੇ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਗਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੂਰੇ ਮੁਲਕ 'ਚ ਪੰਜਾਬ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਬਿਜਲੀ ਸਭ ਤੋਂ ਸਸਤੀ ਹੈ। ਨਾਲ ਹੀ ਉਹਨਾਂ ਨੇ ਛੋਟੀਆਂ ਇੰਡਸਟਰੀਅਲ ਇਕਾਈਆਂ ਨੂੰ ਵੀ ਵੱਡੀ ਰਾਹਤ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪੰਜਾਬ ਪਾਵਰਕੌਮ ਨੇ ਛੋਟੀਆਂ ਇੰਡਸਟਰੀਅਲ ਇਕਾਈਆਂ ਲਈ ਪਹਿਲਾਂ ਰੇਟ ਤੋਂ ਘਟਾ ਕੇ 5.47 ਪ੍ਰਤੀ ਯੂਨਿਟ ਕੀਤਾ ਗਿਆ ਸੀ, ਜੋ ਸਰਕਾਰ ਵੱਲੋਂ ਹੋਰ ਘਟਾ ਕੇ 4.99 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ। The lowest bijli power in the country jehda hai ga today Punjab is being made. Small scale industry nu 4.99 te power milugi, which is of nearly 18-19% reduction. Navi units je koi laguga paave small hoye big hoye unu assi 4.99 assi aj regulator ne declare kar ditta hai। ਡਿਪਟੀ ਸੀਐਮ ਨੇ ਦਿੱਲੀ ਦੇ ਸੀਐਮ ਕੇਜਰੀਵਾਲ ਤੇ ਵੀ ਨਿਸ਼ਾਨਾ ਲਾਇਆ ਅਤੇ ਦਿੱਲੀ 'ਚ ਮਹਿੰਗੀ ਬਿਜਲੀ ਹੋਣ ਤੇ ਤੰਜ ਕੱਸਿਆ। ਕੇਜਰੀਵਾਲ ਸਾਹਿਬ ਜਿੱਥੋਂ ਦੇ ਮੁੱਖ ਮੰਤਰੀ ਆ ਉਹਨਾਂ ਨੂੰ 9.92 ਰੁਪਏ ਸਮਾਲ ਸਕੇਲ ਇੰਡਸਟਰੀ ਦਾ, ਜਿੱਥੇ ਆਪਾਂ 4.99 ਐਗਜੈਕਟਲੀ ਹਾਫ ਤੇ ਪਹਿਲਾ ਸਵਾਲ ਹੋਣਾ ਚਾਹੀਦਾ ਉਹਨਾਂ ਨੂੰ ਕਿ ਤੁਸੀਂ ਦਿੱਲੀ ਦਾ 4.99 ਕਰ ਦਿਓ ਜੇ ਪੰਜਾਬ 'ਚ ਆਉਣਾ। ਪਹਿਲੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਾਵਰ ਸਰਪਲਸ ਸੂਬਾ ਤੇ ਸਾਡੀ ਸਭ ਤੋਂ ਵੱਡੀ ਉਪਲਬਧੀ। ਡਨ ਵਨ ਆਫ ਦ ਮੇਜਰ ਬਿਗੈਸਟ ਅਚੀਵਮੈਂਟ ਰੋਡ ਦੇ ਪਹਿਲੇ ਤੋਂ ਹੈ ਦਿਸ ਪਾਵਰ ਸੈਕਟਰ ਰਿਫੋਰਮ ਐਂਡ ਦ ਪਾਵਰ ਸੈਕਟਰ। ਤੁਸੀਂ ਨਾਲ ਦੀਆਂ ਸਾਰੇ ਸੂਬੇ ਲੈ ਲਓ, ਉੱਥੇ ਸਾਰੇ ਸੂਬਿਆਂ ਦਾ ਬੁਰਾ ਹਾਲ ਹੈ। ਐਂਡ ਕੱਲੀ ਮੈਂ ਨਹੀਂ ਕਹਿ ਰਿਹਾ, ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਨੰਬਰ 1 ਅਵਾਰਡ ਦਿੱਤਾ ਹੈ ਔਨ ਆਲ ਦੈਟ। ਪਾਵਰ ਜਨਰੇਸ਼ਨ ਕੀਤੀ, ਡਬਲ ਕੀਤੀ, ਫਿਰ ਅਸੀਂ ਟਰਾਂਸਮਿਸ਼ਨ ਕਪੈਸਿਟੀ ਨੂੰ ਪੂਰਾ ਡਬਲ ਕੀਤਾ ਐਂਡ ਅਪ ਟੂ ਵਿਦ ਦ ਲੇਟੈਸਟ ਟੈਕਨੋਲੋਜੀ। ਥਰਡ ਥਿੰਗ, ਅਸੀਂ ਲੋਸਿਸ ਘਟਾ ਤੇ ਆਪਣੇ। ਇਸ ਸਾਲ ਅਸੀਂ ਆਏ ਸੀ, ਤਨਖਾਹ ਦੇਣ ਨੂੰ ਪੈਸੇ ਨਹੀਂ ਸੀ ਅਤੇ ਉਦੋਂ ਹਫ਼ਤੇ ਤੋਂ ਬਾਅਦ ਇਹ ਗੱਲ ਹੋ ਰਹੀ ਸੀ ਕਿ ਹਫ਼ਤੇ ਚੱਲੂਗੀ, 10 ਦਿਨ ਬਾਅਦ ਬੰਦ ਨਾ ਹੋ ਜਾਵੇ ਬਿਜਲੀ ਬੋਰਡ। ਆਹ ਹਾਲਾਤ ਸੀ। ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ SC ਉਪਭੋਗਤਾਵਾਂ ਨੂੰ ਅਤੇ ਨੌਨ SC ਗਰੀਬੀ ਰੇਖਾ ਤੋਂ ਥੱਲੇ ਦੇ ਲੋਕਾਂ ਨੂੰ 200 ਯੂਨਿਟ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਦੇ ਲਈ ਪੰਜਾਬ ਸਰਕਾਰ ਸਬਸਿਡੀ ਜਾਰੀ ਕਰੇਗੀ। ਸ਼ਡਿਊਲ ਕਾਸਟ ਫੈਮਲੀਜ਼ ਅਤੇ ਬਿਲੋ ਪਾਵਰਟੀ ਲਾਈਨ ਨੌਨ ਸ਼ਡਿਊਲ ਕਾਸਟ ਫੈਮਲੀਜ਼ ਨੂੰ 200 ਯੂਨਿਟ ਬਿਜਲੀ ਦੇ ਫ੍ਰੀ ਦਿੱਤੇ ਜਾਣਗੇ ਇਨ ਦੀ ਡੋਮੈਸਟਿਕ ਟੈਰਿਫ। ਇਹ ਸਬਸਿਡੀ ਉਹਨਾਂ ਘਰਾਂ ਵਾਸਤੇ ਹੋਏਗੀ ਜਿਨ੍ਹਾਂ ਦਾ ਕਨੈਕਟਿਡ ਲੋਡ 1000 ਵਾਟ ਤੋਂ ਘੱਟ ਹੈ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਵਿੱਚ ਸਨਅਤ ਨੂੰ ਮਿਲਦੀ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਹੈ ਅਤੇ ਲੋਅ, ਮੀਡੀਅਮ ਅਤੇ ਹਾਈ ਪਾਵਰ ਸਪਲਾਈ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਸਾਫ਼ ਕੀਤਾ ਗਿਆ ਹੈ ਕਿ ਹੋਰ ਕਿਸੇ ਕੈਟਾਗਰੀ ਵਿੱਚ ਵਾਧਾ ਨਹੀਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮੈਰਿਜ ਪੈਲੇਸਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਇਹ ਫੈਸਲਾ ਕੀਤਾ ਗਿਆ ਹੈਗਾ ਕਿ ਇਸ ਸਾਲ ਦੇ ਟੈਰਿਫ ਦੇ ਵਿੱਚ ਸਮਾਲ ਪਾਵਰ ਜਿਹੜੀ ਹੈ ਉਸ ਦਾ ਰੇਟ 38 ਪੈਸਾ ਘਟਾਇਆ ਜਾਏਗਾ। ਸਿਮਿਲਰਲੀ ਮੀਡੀਅਮ ਸਪਲਾਈ ਦਾ ਜਿਹੜਾ ਰੇਟ ਹੈ ਉਹ 36 ਪੈਸੇ ਘਟਾਇਆ ਜਾਏਗਾ ਅਤੇ ਲਾਰਜ ਸਪਲਾਈ ਦਾ ਜਿਹੜਾ ਰੇਟ ਹੈ ਉਹ 11 ਪੈਸੇ ਘਟਾਇਆ ਜਾਏਗਾ। ਦੇਰ ਵਿਲ ਬੀ ਨੋ ਚੇਂਜ ਇਨ ਦੀ ਟੈਰਿਫ ਫੋਰ ਅਦਰ ਕੈਟੇਗਰੀਜ਼।
ਤੇ ਕਮਿਸ਼ਨ ਨੇ ਕਿਹਾ ਹੈਗਾ ਕਿ ਮੈਰਿਜ ਪੈਲੇਸ ਨੂੰ ਇਲੈਕਟ੍ਰਿਸਿਟੀ ਸਪਲਾਈ ਦਿੱਤੀ ਜਾਏਗੀ ਸੋ ਦੈਟ ਨੋਰਮਲ ਟੈਰਿਫ ਦੇ ਉੱਤੇ ਦੇ ਕੈਨ ਆਪਰੇਟ ਦੇਅਰ ਯੂ ਨੋ ਲਾਈਟਸ ਐਂਡ ਮਿਊਜ਼ਿਕ ਔਰ ਵਟ ਐਵਰ ਦੇ ਹੈਵ ਟੂ ਆਪਰੇਟ ਉਹਨਾਂ ਦੇ ਜਿਹੜੇ ਮੰਥਲੀ ਮਿਨੀਮਮ ਚਾਰਜਸ ਸੀਗੇ ਉਹ ਖਤਮ ਕਰਤੇ ਗਏ ਨੇ ਦੇ ਵਿਲ ਹੈਵ ਟੂ ਪੇ ਏ ਸਮਾਲ ਐਨੂਅਲ ਚਾਰਜ ਅੰਜੁਮ ਪਾਵਰ ਅਗਰਣੀ ਭਾਰਤੀ ਸੌਰ ਊਰਜਾ ਕੰਪਨੀ ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੋਹਾਲੀ ਵਿੱਚ ਕੀਤਾ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਨਾਲ ਸੂਬੇ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਵੀ ਮੌਜੂਦ ਰਹੇ ਸੋਲਰ ਪਲਾਂਟ ਵੱਲੋਂ ਪੈਦਾ ਕੀਤੀ ਜਾਣ ਵਾਲੀ ਬਿਜਲੀ 7.59 ਕਿਲੋਵਾਟ ਰੁਪਏ ਦੇ ਹਿਸਾਬ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਵੇਚੀ ਜਾਏਗੀ ਇਕੱਲੇ 'ਚ 250 ਮੈਗਾਵਾਟ ਇਹ ਲਾ ਰਹੇ 1500 ਕਰੋੜ ਦੀ ਇਨਵੈਸਟਮੈਂਟ ਕਰ ਰਹੇ ਦਿਸ ਇਜ਼ ਪਾਰਟ ਆਫ ਵਨ ਰੂਫ ਟੋਪ ਪ੍ਰੋਜੈਕਟ ਇਹ ਰੂਫ ਟੋਪ ਦਾ ਫਿਰ ਹਿੰਦੁਸਤਾਨ 'ਚ ਮੈਂ ਕਹਿ ਸਕਦਾ ਵਨ ਆਫ ਦਾ ਲਾਰਜੈਸਟ ਰੂਫ ਟੋਪਸ ਹੋਏਗਾ ਮਹਿਕਮੇ ਇਸ ਰੂਫ ਟੋਪ ਆਪ ਦੀ ਛੱਤਾਂ ਦਾ ਫਾਇਦਾ ਉਠਾਉਣਗੇ ਉਹਨਾਂ ਨੂੰ ਜਿੱਥੇ ਰੈਵਨਿਊ ਜਨਰੇਸ਼ਨ ਦੀ ਸਟਰੀਮ ਮਿਲੂਗੀ ਨਾਲ ਹੀ ਕਲੀਨ ਗ੍ਰੀਨ ਐਨਰਜੀ ਦੇ ਵੀ ਉਹ ਪ੍ਰੋਡਕਸ਼ਨ 'ਚ ਆਪਦਾ ਯੋਗਦਾਨ ਪਾਉਣਗੇ ਪ੍ਰਨਿਓਜ਼ ਬਣ ਕੇ ਆਇਆ ਜਿਹਨਾਂ ਕੋਲ ਬਿਜ਼ਨਸ ਓਪਰਚੁਨਿਟੀ ਆ ਗਈ ਉੱਥੇ ਫਾਰਮਰਸ ਨੂੰ ਬੜਾ ਵੱਡਾ ਫਾਇਦਾ ਮਿਲਿਆ ਕਿ ਜਿਹਦੀ ਜ਼ਮੀਨ ਕਿਸੇ ਹੋਰ ਚੀਜ਼ ਲਈ ਉਹਨੂੰ ਖੇਤੀ ਲਈ ਜਿੱਥੇ ਵਾਟਰ ਲੋਗਿੰਗ ਸੀ ਜਾਂ ਰੇਤਲੀ ਸੀ ਜਾਂ ਥੋੜ੍ਹੀ ਬੰਜਰ ਸੀ ਜਿਹਨੂੰ ਉਹ ਐਡਾ ਹੈਲਦੀ ਗਰਾਊਂਡ ਨਹੀਂ ਸਮਝਦਾ ਸੀ ਅੱਜ ਉਹਨੂੰ ਅਸ਼ੋਰਡ ਇਨਕਮ ਹੋ ਗਈ ਕਿ ਅਸੀਂ 5000 ਏਕੜ ਜ਼ਮੀਨ ਉਹ ਜ਼ਮੀਨ ਜਿੱਥੇ ਖੇਤੀ ਕਰਨਾ ਔਖਾ ਹੁੰਦਾ ਸੀ ਅੱਜ ਸੋਲਰ ਡਿਵੈਲਪਰ ਨੂੰ ਦੇ ਕੇ ਉਹਨੂੰ ਇੱਕ ਅਸ਼ੋਰਡ ਇਨਕਮ ਦੇ ਦਿੱਤੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡਾਂ ਵਿੱਚ ਕੀਤਾ ਸੰਗਤ ਦਰਸ਼ਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੀ ਜਾਰੀ ਕੀਤੀਆਂ ਇਸ ਮੌਕੇ ਤੇ ਬਿਜਲੀ ਰੈਗੂਲੇਟਰੀ ਅਥਾਰਟੀ ਵੱਲੋਂ ਲਾਗੂ ਕੀਤੀਆਂ ਗਈਆਂ ਨਵੀਆਂ ਦਰਾਂ ਦੇ ਬਾਰੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰੈਗੂਲੇਟਰੀ ਅਥਾਰਟੀ ਇੰਡੀਪੈਂਡੈਂਟ ਅਥਾਰਟੀ ਹੈ ਸਰਕਾਰ ਉਹਨਾਂ ਦੇ ਫੈਸਲੇ ਵਿੱਚ ਕੋਈ ਦਖਲ ਨਹੀਂ ਦਿੰਦੀ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਦੇ ਤਹਿਤ ਨੰਗਲ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਅਤੇ ਜਨਤਾ ਦੇ ਸਵਾਲਾਂ ਦੇ ਜਵਾਬ ਅੰਮ੍ਰਿਤਸਰ 'ਚ ਸਫਾਈ ਸਹੂਲਤਾਂ ਦੀ ਕਮੀ ਨੂੰ ਸਰਕਾਰ ਬਣਨ ਤੇ ਪੂਰਾ ਕਰਨ ਦਾ ਕੀਤਾ ਐਲਾਨ ਵਿਰੋਧੀਆਂ ਤੇ ਵੀ ਲਾਏ ਨਿਸ਼ਾਨੇ ਮਲੇਰਕੋਟਲਾ 'ਚ ਧਾਰਮਿਕ ਗ੍ਰੰਥ ਬੇਅਦਬੀ ਮਾਮਲੇ 'ਚ ਗ੍ਰਿਫਤਾਰ ਨਰੇਸ਼ ਯਾਦਵ ਦੀ ਹੋਈ ਪੇਸ਼ੀ ਪੁਲਿਸ ਨੇ ਮੰਗੀ ਸੀ 3 ਦਿਨ ਦੀ ਰਿਮਾਂਡ ਪਰ ਅਦਾਲਤ ਨੇ ਕੀਤਾ ਇਨਕਾਰ 1 ਅਗਸਤ ਤੱਕ ਭੇਜਿਆ ਜੁਡੀਸ਼ੀਅਲ ਰਿਮਾਂਡ ਤੇ ਨਰੇਸ਼ ਯਾਦਵ ਨੇ ਪਾਈ ਜ਼ਮਾਨਤ ਦੀ ਪਟੀਸ਼ਨ ਉਧਰ ਨਰੇਸ਼ ਯਾਦਵ ਦੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਮੁਤਾਬਕ ਉਹਨਾਂ ਨੇ ਜ਼ਮਾਨਤ ਦੇ ਲਈ ਅਰਜ਼ੀ ਲਾ ਦਿੱਤੀ ਹੈ ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਰਿਮਾਂਡ ਦੇ ਲਈ ਸਹੀ ਦਲੀਲ ਨਹੀਂ ਦੇ ਸਕੀ ਬੇਲ ਕੇ ਲਈ ਅਪਲਾਈ ਕੀਆ ਹੈ ਕੱਲ ਬੇਲ ਪੇ ਵੀ ਸੁਣਵਾਈ ਹੈ ਅਗਲੀ ਤਾਰੀਖ 1 ਤਾਰੀਖ ਪਹਿਲੀ ਤਾਰੀਖ ਹੈ ਔਰ ਹਮਨੇ ਆਜ ਬੇਲ ਕੀ ਵੀ ਲਗਾ ਦੀ ਹੈ ਆਜ ਸਰਕਾਰ ਕੀ ਜੋ ਐਪਲੀਕੇਸ਼ਨ ਥੀ ਰਿਮਾਂਡ ਐਕਸਟੈਂਡ ਕਰਨੇ ਕੀ ਵੋ ਆਜ ਰੱਦ ਹੋ ਗਈ ਹੈ ਇਸ ਕੇਸ ਕੇ ਅੰਦਰ ਇਸ ਆਧਾਰ ਪੇ ਕਿਉਂਕਿ 2 ਦਿਨ ਵੀ ਬਹੁਤ ਜ਼ਿਆਦਾ ਰਿਮਾਂਡ ਥਾ ਇਸ ਕੇਸ ਕੇ ਅੰਦਰ ਕਿਉਂਕਿ ਸਿਰਫ ਜੋ ਸਟੇਟਮੈਂਟ ਹੈ ਮੇਨ ਅਕਿਊਜ਼ ਕੀ ਵਹੀ ਬੇਸਿਸ ਹੈ ਔਰ ਕਿਸੇ ਵੀ ਕਿਸਮ ਕਾ ਇਸ ਕੇਸ ਕੇ ਅੰਦਰ ਕੋਈ ਵੀ ਡਾਕੂਮੈਂਟਰੀ ਐਵੀਡੈਂਸ ਨਹੀਂ ਹੈ ਕੋਈ ਵੀ ਆਡੀਓ ਐਵੀਡੈਂਸ ਨਹੀਂ ਹੈ ਕੋਈ ਵੀ ਵੀਡੀਓ ਐਵੀਡੈਂਸ ਨਹੀਂ ਹੈ ਕਿਸੇ ਕਿਸਮ ਕਾ ਡਾਇਰੈਕਟ ਐਵੀਡੈਂਸ ਇਸ ਕੇਸ ਮੇ ਨਹੀਂ ਹੈ ਔਰ ਪਹਿਲੇ ਵੀ ਸਿਰਫ ਜੋ ਮੇਨ ਅਕਿਊਜ਼ਡ ਹੈ ਉਸਕੀ ਇੱਕ ਸਟੇਟਮੈਂਟ ਕੇ ਬੇਸ ਪੇ ਹੀ ਸਭ ਹੁਆ ਭਗਵੰਤ ਮਾਨ ਦੇ ਪਾਰਲੀਮੈਂਟ ਵੀਡੀਓਗ੍ਰਾਫੀ ਮਾਮਲੇ ਦੀ ਜਾਂਚ ਦੇ ਲਈ ਬਣੀ ਕਮੇਟੀ ਕਰ ਰਹੀ ਹੈ ਬੈਠਕ ਕਮੇਟੀ ਨੇ ਮੰਨਿਆ ਘਟਨਾ ਤੋਂ ਸੰਸਦ ਦੇ ਸੁਰੱਖਿਆ ਇੰਤਜ਼ਾਮਾਂ ਦੀ ਖੁੱਲ੍ਹੀ ਪੋਲ 28 ਜੁਲਾਈ ਨੂੰ ਭਗਵੰਤ ਮਾਨ ਦੀ ਪੇਸ਼ੀ ਚੰਡੀਗੜ੍ਹ ਵਿੱਚ ਬੀਜੇਪੀ ਦੇ ਨਵੇਂ ਅਹੁਦੇਦਾਰਾਂ ਨੂੰ ਮਿਲੀ ਜ਼ਿੰਮੇਵਾਰੀ ਕਿਹਾ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਸਕੀਮਾਂ ਜਨਤਾ ਤੱਕ ਲੈ ਕੇ ਜਾਣ ਨਵਜੋਤ ਸਿੰਘ ਸਿੱਧੂ ਤੇ ਬੋਲੇ ਸਾਂਪਲਾ ਸਿੱਧੂ ਨੇ ਕੇਂਦਰ ਦੀ ਟੀਮ ਵਿੱਚ ਇਸ ਲਈ ਸਿੱਧੂ ਤੇ ਬੋਲਣ ਤੋਂ ਕੀਤਾ ਇਨਕਾਰ ਪਰ ਚੁਣਾਵ ਦਾ ਮੁੱਦਾ ਵਿਕਾਸ ਹੈ ਇੱਕ ਸੁਚਾਰੂ ਸੋਚ ਹੈ ਔਰ ਉਹ ਨੌਜਵਾਨਾਂ ਲਈ ਉਹ ਦਲਿਤਾਂ ਦੇ ਲਈ
ਉਹ ਮਹਿਲਾਵਾਂ ਦੇ ਲਈ, ਕਿਸਾਨਾਂ ਦੇ ਲਈ, ਗਰੀਬਾਂ ਦੇ ਲਈ, ਜਿਹੜੀ ਪ੍ਰਮੁੱਖਤਾ ਦੇ ਨਾਲ ਅਸੀਂ ਜਿਹੜਾ ਕੰਮ ਕੀਤਾ ਹੈ, ਉਹਨਾਂ ਦੇ ਹਿੱਤਾਂ ਦੇ ਲਈ, ਉਹਨਾਂ ਦੇ ਵਿਕਾਸ ਦੇ ਲਈ ਕੰਮ ਕੀਤਾ, ਉਹਨਾਂ ਹੀ ਸਕੀਮਾਂ ਨੂੰ ਅਸੀਂ ਲੈ ਕੇ ਅੱਗੇ ਜਨਤਾ ਤੱਕ ਜਾਈਏ। ਔਰ ਉਹਦੇ ਲਈ ਪੂਰੀ ਟੀਮ ਨੂੰ ਅੱਜ ਆਹਵਾਨ ਕੀਤਾ ਤਾਂ ਕਿ ਅਸੀਂ ਅੱਗੇ ਵੱਧ ਕੇ ਜਿਹੜਾ ਮਿਸ਼ਨ 2017 ਆ ਉਹਦੀ ਪੂਰਤੀ ਅਸੀਂ ਕਰ ਸਕੀਏ। ਮੇਰਾ ਖਿਆਲ ਇਹਦੇ 'ਤੇ ਸਾਡਾ ਕੁਛ ਕਹਿਣਾ ਨਹੀਂ ਬਣਦਾ, ਕਿਉਂਕਿ ਉਹ ਪੰਜਾਬ ਦੀ ਟੀਮ ਦਾ ਮੈਂਬਰ ਵੀ ਨਹੀਂ ਹੈ, ਉਹ ਕੇਂਦਰ ਦੀ ਟੀਮ ਦਾ, ਕੇਂਦਰ ਵਾਲੇ ਹੀ ਆਪਣਾ ਜਵਾਬ ਜਿਹੜਾ ਸਮਝ ਦੇਣ। ਅੰਮ੍ਰਿਤਸਰ ਅਤੇ ਜਲੰਧਰ 'ਚ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਹੈ ਅਤੇ ਇਸ ਦੌਰਾਨ ਭਰਤੀ ਲਈ ਆਏ ਨੌਜਵਾਨਾਂ ਦਾ ਡੋਪ ਟੈਸਟ ਕਰਵਾਇਆ ਜਾ ਰਿਹਾ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਡੋਪ ਟੈਸਟ ਦੀ ਪ੍ਰਕਿਰਿਆ ਬਾਰੇ ਦੱਸਿਆ। ਸੂਬੇ ਦੇ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਨੂੰ ਵਿਰੋਧੀਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਅਤੇ ਇਸ ਲਈ ਭਰਤੀਆਂ 'ਚ ਡੋਪ ਟੈਸਟ ਕਰਵਾਇਆ ਜਾ ਰਿਹਾ। ਇਸ ਤੋਂ ਪਹਿਲਾਂ ਹਰਿਆਣਾ 'ਚ ਹੋਈ ਪੁਲਿਸ ਭਰਤੀ ਦੇ ਦੌਰਾਨ ਨੌਜਵਾਨਾਂ ਵੱਲੋਂ ਨਸ਼ੇ ਕਰਨ ਦੇ ਮਾਮਲੇ ਸਾਹਮਣੇ ਆਏ ਸਨ। ਅਗਰ ਕੋਈ ਫੇਲ ਹੁੰਦਾ ਤਾਂ ਉਹਦਾ ਦੁਬਾਰਾ ਕੀਤਾ ਜਾਏਗਾ, ਅਗਰ ਉਹ ਦੁਬਾਰਾ ਹੁੰਦਾ ਤਾਂ ਫਿਰ ਉਸਨੂੰ ਉਹਦੀ ਕੰਸੈਂਟ ਲੈ ਕੇ ਮੈਡੀਕਲ ਹੋਸਪਿਟਲ ਦੇ ਵਿੱਚ ਭੇਜਿਆ ਜਾਏਗਾ, ਜਿਸ 'ਤੇ ਉਸਦੇ ਡਿਟੇਲਡ ਟੈਸਟ ਹੋਣਗੇ। ਜੋ ਇੱਕ ਵਾਰ ਇੱਥੋਂ ਡੋਪ ਟੈਸਟ ਬਸ ਉਹ ਫਿਰ ਸਿੱਧਾ ਆਪਣੇ ਮੈਜ਼ਰਮੈਂਟਸ ਅਤੇ ਫਿਜ਼ੀਕਲ ਇਵੈਂਟਸ ਦੇ ਹਾਜ਼ਰ ਹੋਵੇਗਾ, ਉਸਦਾ ਹੋਰ ਕੁਛ ਨਹੀਂ ਚੱਲ। ਉਧਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਕਰਵਾਏ ਜਾ ਰਹੇ ਡੋਪ ਟੈਸਟ ਦੇ ਨਤੀਜੇ ਵਿਰੋਧੀ ਧਿਰਾਂ ਲਈ ਜਵਾਬ ਹੋਣਗੇ, ਜੋ ਡਰੱਗ ਦੇ ਮਾਮਲੇ ਵਿੱਚ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਦੇ ਨੇ। ਇਨਵਾਈਟ ਆਲ ਮੀਡੀਆ ਟੂਡੇ, ਰਿਕਰੂਟਮੈਂਟ ਇਜ਼ ਸਟਾਰਟਿੰਗ। ਸਾਰੇ ਨੌਜਵਾਨ ਲੜਕਿਆਂ ਦਾ ਡੋਪ ਟੈਸਟ ਹੋ ਰਿਹਾ ਟੂ ਪ੍ਰੂਵ ਟੂ ਦਾ ਕੰਟਰੀ। ਯੂ ਆਰ ਆਲ ਇਨਵਾਈਟਿਡ ਟੂ ਸੁਪਰਵਾਈਜ਼ ਇਟ ਐਜ਼ ਵੈਲ ਐਜ਼ ਸੀ ਇਟ ਐਂਡ ਵੈਲ ਐਜ਼ ਯੂ ਵਾਂਟ ਟੂ ਗੈਟ ਟੈਸਟਡ, ਦੈਟ ਇਜ਼ ਫਾਈਨ। ਪਹਿਲਵਾਨ ਨਰਸਿੰਘ ਯਾਦਵ ਤੇ ਖੇਡ ਮੰਤਰਾਲਾ ਅਤੇ ਕੁਸ਼ਤੀ ਮਹਾਂਸੰਘ ਆਹਮੋ ਸਾਹਮਣੇ ਵਿਜੇ ਗੋਇਲ ਬੋਲੇ, ਕਿਸੇ ਵੀ ਪਹਿਲਵਾਨ ਦੇ ਜਾਣ ਦੀ ਉਮੀਦ ਨਹੀਂ। ਮਹਾਂਸੰਘ ਨੇ ਕਿਹਾ, ਖਿਲਾੜੀ ਨੇ ਤਾਂ ਮੰਤਰਾਲੇ। ਸੋਨੀਪਤ ਪੁਲਿਸ ਨੇ ਦਰਜ ਕੀਤੀ ਨਰਸਿੰਘ ਦੀ FIR। ਸੋਨੀਪਤ ਦੇ DIG HS ਦੂਨ ਬੋਲੇ, ਪੂਰੇ ਮਾਮਲੇ ਦੀ ਬਰੀਕੀ ਨਾਲ ਕੀਤੀ ਜਾਵੇਗੀ ਜਾਂਚ, ਜਾਂਚ ਵਿੱਚ ਕਿਸੇ ਨੂੰ ਵੀ ਦੋਸ਼ੀ ਪਾਏ ਜਾਣ ਤੇ ਹੋਵੇਗੀ ਸਖ਼ਤ ਕਾਰਵਾਈ। ਮੁਕਦਮਾ ਦਰਜ ਕੀਆ ਅੰਡਰ ਸੈਕਸ਼ਨ 328 120B ਔਰ ਇਸਕੀ ਤਫਤੀਸ਼ ਹਮਨੇ ਇੰਸਪੈਕਟਰ CIA ਕੋ ਤਫਤੀਸ਼ ਦੀ ਹੈ। ਇਸਮੇ ਜੋ ਵੀ ਦੋਸ਼ੀ ਹੋਗਾ ਉਸਕੇ ਖਿਲਾਫ ਹਮ ਸਖ਼ਤ ਸੇ ਸਖ਼ਤ ਕਾਰਵਾਈ ਕਰੇ। ਅਭੀ ਤੱਕ ਕੋਈ ਕਿਸੇ ਕੀ ਗ੍ਰਿਫਤਾਰੀ ਨਹੀਂ ਹੋਈ, ਇਹ ਮੁਕਦਮਾ ਦਰਜ ਹੋਇਆ। ਅੱਜ ਮੁਕਦਮਾ ਦਰਜ ਹੋਣੇ ਕੇ ਬਾਅਦ ਹੀ ਪਹਿਲੇ ਤਫਤੀਸ਼ ਕੀ ਜਾਏਗੀ, ਤਫਤੀਸ਼ ਕੇ ਬਾਅਦ ਹੀ ਕੋਈ ਸਬੂਤ ਗੁਜ਼ਰਤਾ ਹੈ ਜਾਂ ਨਹੀਂ ਗੁਜ਼ਰਤਾ ਹੈ ਉਹ ਤਫਤੀਸ਼ ਕਾ ਪਾਰਟ ਹੈ, ਉਸਕੇ ਬਾਅਦ ਕਾਰਵਾਈ। ਮੁੱਖ ਮੰਤਰੀ ਮਨੋਹਰ ਲਾਲ ਨੇ ਪਾਰਟੀ ਦੇ ਸਟੱਡੀ ਗਰੁੱਪ ਦੇ ਇੰਚਾਰਜ ਵਿਧਾਇਕਾਂ ਨਾਲ ਕੀਤੀ ਬੈਠਕ, ਸਟੱਡੀ ਗਰੁੱਪ ਦੇ ਕੰਮਕਾਜ ਨੂੰ ਲੈ ਕੇ ਚਰਚਾ। ਸੂਤਰਾਂ ਦੇ ਮੁਤਾਬਕ ਬੈਠਕ ਦੇ ਬਹਾਨੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਬਾਅਦ ਵਿਧਾਇਕਾਂ ਦੇ ਮਨ ਨੂੰ ਪਰਖਣ ਵਿੱਚ ਜੁਟੇ ਨੇ CM। ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਤੋਂ ਮਿਲਦੀ ਜਾਇਦਾਦ ਤੇ ਹਿਮਾਚਲ ਵਿਜੀਲੈਂਸ ਦੀ ਨਜ਼ਰ, ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੋਂ ਚਿੱਠੀ ਲਿਖ ਕੇ ਮੰਗਿਆ ਉਹਨਾਂ ਦੀ ਜਾਇਦਾਦ ਦਾ ਬਿਊਰਾ। ਇਜ਼ਰਾਈਲੀ ਕੁੜੀ ਦੇ ਨਾਲ ਗੈਂਗਰੇਪ ਦੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ, ਆਖਰੀ ਇੱਕ ਮੁਲਜ਼ਮ ਦੀ ਜਾਰੀ ਹੈ ਤਲਾਸ਼। ਪੁਲਿਸ ਦਾ ਦਾਅਵਾ, ਜਲਦੀ ਕਾਬੂ ਵਿੱਚ ਹੋਣਗੇ ਸਾਰੇ ਮੁਲਜ਼ਮ। ਦੀਨਾਨਗਰ ਦਹਿਸ਼ਤਗਰਦੀ ਹਮਲੇ ਦੀ ਪਹਿਲੀ ਬਰਸੀ ਅੱਜ। ਪਿਛਲੇ ਸਾਲ ਇਸੇ ਦਿਨ ਸੀਮਾ ਪਾਰ ਤੋਂ ਆਏ ਤਿੰਨ ਹਥਿਆਰਬੰਦ ਦਹਿਸ਼ਤਗਰਦਾਂ ਨੇ ਦੀਨਾਨਗਰ ਥਾਣੇ ਤੇ ਕੀਤਾ ਸੀ ਹਮਲਾ। ਦੀਨਾਨਗਰ ਦਹਿਸ਼ਤਗਰਦੀ ਹਮਲੇ ਦਾ ਇੱਕ ਸਾਲ ਪੂਰਾ ਹੋ ਚੁੱਕਿਆ। ਪੰਜਾਬ ਦੇ ਡਿਪਟੀ CM ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਸਰਹੱਦੀ ਸੁਰੱਖਿਆ ਦੇ ਲਈ ਹਮੇਸ਼ਾ ਮੁਸਤੈਦ ਹੈ ਅਤੇ ਇਸ ਮਸਲੇ ਤੇ ਲਗਾਤਾਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ। We always keep on having meetings. We requested them for more forces also because we are putting deploying our thing and they have said we will take a favorable decision. Sir.
ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਦਾ ਸਰਹੱਦੀ ਸੁਰੱਖਿਆ ਬਾਰੇ ਕਹਿਣਾ ਹੈ ਕਿ ਇੱਕ ਸਾਲ ਵਿੱਚ ਸਰਹੱਦ ਤੇ ਸੁਰੱਖਿਆ ਕਾਫੀ ਮੁਸਤੈਦ ਹੋਈ ਹੈ ਤੇ ਸੁਰੱਖਿਆ ਨੂੰ ਮੁਸਤੈਦ ਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ ਲੇਜ਼ਰ ਬੀਮ ਲਾਉਣ ਵਰਗੇ ਕਈ ਖਾਸ ਕਦਮ ਚੁੱਕੇ ਗਏ। ਸਿਕਿਉਰਿਟੀ ਦੇ ਪੁਆਇੰਟ ਨਾਲ ਜਿੱਥੋਂ ਕਿਉਂਕਿ ਬਹੁਤ ਸਾਰੀ ਫੈਂਸਿੰਗ ਦੇ ਉੱਤੋਂ ਤਾਂ ਰੋਕਿਆ ਜਾ ਸਕਦਾ ਹੈ ਪਰ ਜਿੱਥੇ ਪਾਣੀ ਦਾ ਵਹਾਓ ਸੀ ਉੱਥੇ ਰੁਕਾਵਟ ਦੇ ਵਿੱਚ ਕਿਤੇ ਨਾ ਕਿਤੇ ਸਮੱਸਿਆ ਸੀਗੀ ਔਰ ਇਸੇ ਕਰਕੇ ਕਿ ਉਸ ਜਗ੍ਹਾ ਦੇ ਉੱਤੇ ਫੈਂਸਿੰਗ ਨਹੀਂ ਲੱਗ ਸਕਦੀ ਸੀ ਉਹਦੇ ਲਈ ਲੇਜ਼ਰ ਜਿਹੜੀਆਂ ਲੇਜ਼ਰ ਦਾ ਜਿਹੜਾ ਪ੍ਰਬੰਧ ਰੇਸ ਜਿਹੜੀਆਂ ਹੈ ਉਹਦੇ ਨਾਲ ਰੁਕਾਵਟ ਤਾਂ ਕਿ ਉਹਨੂੰ ਰੋਕਿਆ ਜਾ ਸਕੇ ਇਹ ਕੀਤਾ ਹੈ ਔਰ ਜਿੱਥੇ ਤੱਕ ਬਾਕੀ ਇੰਟਰਨਲ ਸਿਕਿਉਰਿਟੀ ਦਾ ਅੱਗੇ ਨਾਲੋਂ ਤੁਸੀਂ ਆਪ ਦੇਖ ਰਹੇ ਹੋ ਕਿ ਬੜਾ ਫਰਕ ਔਰ ਉਹਦੇ ਸਖ਼ਤ ਇੰਤਜ਼ਾਮ ਵੀ ਕੀਤੇ ਗਏ। ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਤਣਾਅ ਬਰਕਰਾਰ ਕਰਫਿਊ ਵਿੱਚ ਢਿੱਲ ਦੇਣ ਤੋਂ ਬਾਅਦ ਸ਼੍ਰੀਨਗਰ ਡਾਊਨਟਾਊਨ ਅਤੇ ਕਈ ਦੂਜੇ ਇਲਾਕਿਆਂ ਵਿੱਚ ਫਿਰ ਵਿਗੜੇ ਹਾਲਾਤ ਕੱਲ੍ਹ ਐਨਕਾਊਂਟਰ ਦੇ ਦੌਰਾਨ ਫੜਿਆ ਗਿਆ ਸੀ ਇੱਕ ਜ਼ਿੰਦਾ ਦਹਿਸ਼ਤਗਰਦ। ਕੇਂਦਰ ਸਰਕਾਰ ਨੇ ਪੈਲਟ ਗੰਨ ਦਾ ਵਿਕਲਪ ਤਲਾਸ਼ਣ ਦੇ ਲਈ ਇੱਕ ਕਮੇਟੀ ਬਣਾ ਦਿੱਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 7 ਮੈਂਬਰਾਂ ਵਾਲੀ ਐਕਸਪਰਟ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ TVSN ਪ੍ਰਸਾਦ ਨੂੰ ਇਸਦਾ ਪ੍ਰਧਾਨ ਬਣਾਇਆ ਗਿਆ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਤੇ ਬੇਬੁਨਿਆਦ FIR ਦਰਜ ਕਰਨ ਦਾ ਇਲਜ਼ਾਮ ਲਗਾਇਆ। ਸਵਾਤੀ ਮਾਲੀਵਾਲ ਤੇ ਬਰਵਾੜੀ ਨਾਬਾਲਿਗ ਰੇਪ ਪੀੜਤ ਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਨੇ IPC ਦੀ ਧਾਰਾ 228A ਦੇ ਤਹਿਤ ਸਵਾਤੀ ਮਾਲੀਵਾਲ ਤੇ ਕੇਸ ਦਰਜ ਕੀਤਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇੱਕ ਐਕਸਪਰਟ ਪੈਨਲ ਨੇ ਕਿਹਾ ਕਿ ਆਰਟ ਆਫ ਲਿਵਿੰਗ ਤੇ ਲਾਏ ਗਏ 120 ਕਰੋੜ ਰੁਪਏ ਦੇ ਜੁਰਮਾਨੇ ਦਾ ਕੋਈ ਵਿਗਿਆਨਕ ਆਧਾਰ ਨਹੀਂ ਸੀ। ਆਰਟ ਆਫ ਲਿਵਿੰਗ ਤੇ ਜੁਰਮਾਨਾ ਤੈਅ ਕਰਨ ਵਾਲੇ ਪੈਨਲ ਨੇ ਚੇਅਰਮੈਨ ਸ਼ਸ਼ੀ ਸ਼ੇਖਰ ਨੇ NGT ਦੇ ਚੇਅਰਮੈਨ ਨੂੰ ਪੱਤਰ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਫਾਈਲ ਨੂੰ ਪੜ੍ਹੇ ਬਿਨਾਂ ਉਸ ਤੇ ਸਾਈਨ ਕਰ ਦਿੱਤਾ ਸੀ। ਅਗਲੇ 24 ਘੰਟਿਆਂ ਵਿੱਚ ਪੰਜਾਬ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਪਵੇਗਾ ਮੌਲੇ ਧਾਰ ਮੀਂਹ। ਮੌਸਮ ਮਹਿਕਮੇ ਨੇ ਜਤਾਈ ਸੰਭਾਵਨਾ, ਦੋਵਾਂ ਸੂਬਿਆਂ ਵਿੱਚ ਇਸ ਵਾਰ ਚੰਗੇ ਮੀਂਹ ਦੇ ਆਸਾਰ। ਮਨਾਲੀ ਦੇ ਕੋਟੀ ਵਿੱਚ ਹਾਈਡਰੋ ਪ੍ਰੋਜੈਕਟ ਦੀ ਲਾਪਰਵਾਹੀ ਨਾਲ ਖਤਰੇ ਵਿੱਚ ਪਈ 8 ਮਜ਼ਦੂਰਾਂ ਦੀ ਜਾਨ ਪਰ ਪ੍ਰਸ਼ਾਸਨ ਨੇ ਵੇਲੇ ਰਹਿੰਦੇ ਕੀਤਾ ਰੈਸਕਿਊ। ਪ੍ਰੋਜੈਕਟ ਕੰਪਨੀ ਨੇ ਮਜ਼ਦੂਰਾਂ ਨੂੰ ਰਹਿਣ ਦੇ ਲਈ ਰਿਸਕ ਜ਼ੋਨ ਵਿੱਚ ਦਿੱਤੀ ਸੀ ਥਾਂ। ਨਾਲੇ ਤੋਂ ਪਾਣੀ ਦੇ ਤੇਜ਼ ਵਹਾਅ ਅਤੇ ਪਹਾੜਾਂ ਤੋਂ ਅਚਾਨਕ ਪੱਥਰ ਡਿੱਗਣ ਨਾਲ ਫਸ ਗਏ ਸਨ 8 ਮਜ਼ਦੂਰ। ਭਾਰਤੀ ਐਥਲੈਟਿਕਸ ਵਿੱਚ ਇਤਿਹਾਸ ਰਚਣ ਵਾਲੇ ਪਾਣੀਪਤ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਪਰਤੇ ਦੇਸ਼। ਦਿੱਲੀ ਏਅਰਪੋਰਟ ਤੇ ਹੋਇਆ ਜ਼ੋਰਦਾਰ ਸਵਾਗਤ। ਨੀਰਜ ਨੇ ਪੋਲੈਂਡ ਵਿੱਚ ਅੰਡਰ 20 ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋ ਸੁੱਟ ਕੇ ਬਣਾਇਆ ਸੀ ਨਵਾਂ ਵਰਲਡ ਰਿਕਾਰਡ। ਰੁੱਖ ਕੌਮਾਂਤਰੀ ਖਬਰਾਂ ਦਾ ਕਰਦੇ ਹਾਂ। ਉੱਤਰੀ ਫਰਾਂਸ ਦੇ ਇੱਕ ਚਰਚ ਵਿੱਚ ਹੋਏ ਹਮਲੇ ਵਿੱਚ ਸ਼ਾਮਲ ਦੋਨੋਂ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਮੁਤਾਬਕ ਮਾਰੇ ਗਏ ਦੋਨੋਂ ਦਹਿਸ਼ਤਗਰਦਾਂ ਦਾ ਤਾਲੁਕ ISIS ਦੇ ਨਾਲ ਸੀ ਅਤੇ ਫਰਾਂਸ ਦਹਿਸ਼ਤਗਰਦੀ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਤਿਆਰ ਹੈ। ਅਜ਼ਰਬੈਜਾਨ ਵਿੱਚ ਹਥਿਆਰਾਂ ਦੀ ਇੱਕ ਫੈਕਟਰੀ ਵਿੱਚ ਹੋਏ ਜ਼ੋਰਦਾਰ ਧਮਾਕੇ ਵਿੱਚ 24 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਤੱਖਦਰਸ਼ੀਆਂ ਦੇ ਮੁਤਾਬਕ ਇੱਕ ਵੱਡੇ ਬਲਾਸਟ ਤੋਂ ਬਾਅਦ ਘਟਨਾ ਸਥਲ ਤੇ ਕਈ ਛੋਟੇ ਬਲਾਸਟ ਵੀ ਸੁਣੇ ਗਏ। ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ 2 ਆਤਮਘਾਤੀ ਧਮਾਕਿਆਂ ਨਾਲ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਧਮਾਕੇ UN ਅਤੇ ਅਫਰੀਕੀ ਯੂਨੀਅਨ ਦੀ ਬਿਲਡਿੰਗ ਦੇ ਨੇੜੇ ਕੀਤੇ ਗਏ। ਸੋਲਰ ਪਲੇਨ ਇੰਪਲਸ 2 ਨੇ ਦੁਨੀਆ ਦਾ ਪਹਿਲਾ ਚੱਕਰ ਪੂਰਾ ਕਰਨ ਦੇ ਨਾਲ ਇਤਿਹਾਸ ਰਚ ਦਿੱਤਾ ਹੈ। ਸੋਲਰ ਇੰਪਲਸ 2 ਨੇ 40,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅਬੂਧਾਬੀ ਵਿੱਚ ਲੈਂਡਿੰਗ ਕੀਤੀ। ਦੱਖਣੀ ਚੀਨ ਦੇ ਹੈਨਾਨ ਪ੍ਰਾਂਤ ਵਿੱਚ ਤੂਫਾਨ ਦੇ ਨਾਲ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਕਾਫੀ ਤਬਾਹੀ ਹੋਈ। ਤੂਫਾਨ ਦੀ ਵਜ੍ਹਾ ਨਾਲ ਕਈ ਇਲਾਕਿਆਂ ਵਿੱਚ ਲੈਂਡਸਲਾਈਡ ਹੋਇਆ।
ਰੁਖ ਮਨੋਰੰਜਨ ਜਗਤ ਦੀਆਂ ਖਬਰਾਂ ਦਾ ਕਰਦੇ ਹਾਂ। ਫਿਲਮ ਮੇਕਰ ਪ੍ਰਭੂ ਦੇਵਾ ਅਤੇ ਸੁਪਰ ਸਟਾਰ ਸਲਮਾਨ ਖਾਨ 7 ਸਾਲ ਬਾਅਦ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣਗੇ। ਪ੍ਰਭੂ ਦੇਵਾ ਸਲਮਾਨ ਦੇ ਨਾਲ ਨਵੀਂ ਫਿਲਮ ਬਣਾਉਣ ਜਾ ਰਹੇ ਹਨ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਹਨਾਂ ਦੀ ਅਪਕਮਿੰਗ ਪੀਰੀਅਡ ਫਿਲਮ ਝਾਂਸੀ ਕੀ ਰਾਣੀ ਲਕਸ਼ਮੀ ਬਾਈ ਉਹਨਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਸਾਬਤ ਹੋਵੇਗੀ। ਅਦਾਕਾਰਾ ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਸੈਲਬਸ ਜੋ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਨੇ ਉਸ ਦੇ ਲਈ ਉਹ ਖੁਦ ਜ਼ਿੰਮੇਵਾਰ ਹੁੰਦੇ ਨੇ।